ਵਨ ਇੰਡੀਆ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਹਰ ਰੋਜ਼ ਦੀ ਤਰ੍ਹਾਂ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ। ਸ਼ਿਵਿੰਦਰ ਜੀ, ਸਭ ਤੋਂ ਪਹਿਲਾ ਸਵਾਲ ਜਿਹੜਾ ਮੈਂ ਤੁਹਾਨੂੰ ਕਰਨ ਜਾ ਰਿਹਾ, ਜੋ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿ ਸੰਦੀਪ ਸਿੰਘ, ਜਿਨ੍ਹਾਂ ਨੇ ਆਜ਼ਾਦ ਚੋਣ ਲੜਨੀ ਹੈ ਅੰਮ੍ਰਿਤਸਰ ਤੋਂ, ਉਹ ਚੋਣ ਨਹੀਂ ਲੜ ਸਕਦੇ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ? ਜੀ ਸ਼ੁਕਰੀਆ ਸੰਦੀਪ ਜੀ। ਜਿਹੜੀ ਜਾਣਕਾਰੀ ਉਹਨਾਂ ਦੇ ਪਰਿਵਾਰ ਵੱਲੋਂ ਹੀ ਆ ਰਹੀ ਅਸਲ ਵਿੱਚ, ਸੰਦੀਪ ਉਹਨਾਂ ਦੇ ਉਹ ਕਹਿੰਦੇ ਕਿ ਉਹਨਾਂ ਨੇ ਉਹ ਪਰਿਵਾਰ ਕਹਿ ਰਿਹਾ ਕਿ ਉਹ ਚੋਣ ਨਹੀਂ ਲੜਨਗੇ, ਮਤਲਬ ਉਹਨਾਂ ਦਾ ਜਿਹੜਾ ਫੈਸਲਾ ਹੁਣ ਨਹੀਂ ਹੈਗਾ ਚੋਣ ਲੜਨ ਦਾ। ਦੇਖੋ ਜਿਹੜਾ ਉਹ ਸੰਦੀਪ ਦੇ ਚੋਣ ਲੜਨ ਦਾ ਜਿਹੜਾ ਫੈਸਲਾ ਵੀ ਸੀ ਨਾ, ਉਹ ਵੀ ਜੇ ਆਪਾਂ ਦੇਖਿਆ ਜਾਵੇ ਤਾਂ ਉਹ ਸੀਗਾ ਕੁਛ ਪੰਥਕ ਲੋਕਾਂ ਵੱਲੋਂ, ਜਿਹੜੇ ਰੈਡੀਕਲ ਕਿਸਮ ਦੇ ਪੰਥਕ ਲੋਕ ਕਹਾਉਂਦੇ ਨੇ, ਉਹਨਾਂ ਵੱਲੋਂ ਸੀਗਾ। ਕਿਉਂਕਿ ਉਹਦੇ ਵਿੱਚ ਹੁੰਦਾ ਕਿ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਉਦੋਂ ਕਈ ਸਾਰੇ ਜਿਹੜੇ ਪੰਥਕ ਗੁੱਟ ਨੇ ਉਹ ਇੱਦਾਂ ਵੀ ਫੈਸਲਾ ਕਰ ਦਿੰਦੇ ਵੀ ਚਲੋ ਹੁਣ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਦੀ ਸ਼ਖਸੀਅਤ ਨੂੰ ਖੜਾ ਕੇ ਦੇਖ ਲਈਏ ਵੀ ਉਹਨਾਂ, ਕਿਉਂਕਿ ਹਰੇਕ ਧਿਰ ਨੇ ਆਪਣੀ ਇੱਕ ਪੋਲੀਟਿਕਸ ਨੂੰ ਜਿਹੜਾ ਹੈਗਾ ਲੈ ਕੇ ਜਾਣਾ ਹੁੰਦਾ ਹੈਗਾ। ਉਹ ਚਾਹੁੰਦਾ ਹੁੰਦਾ ਵੀ ਭਾਵੇਂ ਜਿੱਤਣਾ ਨਾ ਹੋਵੇ ਵੀ ਆਪਣੀ ਜਿਹੜੀ ਹੈਗੀ ਇੱਕ ਆਪਣੀ ਜਿਹੜੀ ਵਿਚਾਰਧਾਰਾ ਉਹ ਲੋਕਾਂ ਤੱਕ ਲੈ ਕੇ ਜਾਈਏ ਉਸ ਬਹਾਨੇ, ਕਿਉਂਕਿ ਡੈਮੋਕ੍ਰੇਸੀ ਉਹਦਾ ਵੀ ਇੱਕ ਜ਼ਰੀਆ ਹੁੰਦੀ ਹੈਗੀ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦਾ, ਲੋਕਾਂ ਨੂੰ ਲਾਮਬੰਦ ਕਰਨ ਦਾ। ਸੋ ਉਹਦੇ ਵਿੱਚ ਕੁਛ ਇੱਦਾਂ ਦੇ ਸੋਚਦੇ ਲੋਕ ਸੀਗੇ, ਹਾਲਾਂਕਿ ਉਹਨਾਂ ਉੱਤੇ ਵੀ ਸਵਾਲ ਉੱਠ ਰਹੇ ਸੀਗੇ ਵੀ ਜਿਹੜੇ ਸਿੱਖ ਕੈਦੀ ਨੇ ਜਾਂ ਸਿੱਖ ਬੰਦੀ ਸਿੱਖ ਨੇ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਉਹਨਾਂ ਦੇ ਪਰਿਵਾਰਾਂ 'ਚੋਂ ਕਿਉਂ ਨਹੀਂ ਲਿਆਂਦਾ ਜਾਂਦਾ, ਵੀ ਹੋਰ ਕਈ ਸਾਰੇ ਬੰਦੇ ਹੈਗੇ ਨੇ, ਤੁਸੀਂ ਬਿਮਲ ਕੌਰ ਨੂੰ ਲਿਆਓ ਜਾਂ ਹੋਰ ਕਿਸੇ ਨੂੰ ਲਿਆਓ, ਇਸ ਤਰ੍ਹਾਂ ਦੇ ਬਿਮਲ ਕੌਰ ਵਰਗੇ ਬੰਦਿਆਂ ਨੂੰ ਲੈ ਕੇ ਆਓ, ਇੱਦਾਂ ਦੇ ਸਵਾਲ ਉੱਠਦੇ ਰਹੇ। ਉਹਨਾਂ ਦਾ ਬੇਟਾ ਮੇਰਾ ਖਿਆਲ ਚੋਣ ਲੜ ਰਿਹਾ ਸਰ, ਫਰੀਦਕੋਟ ਤੋਂ ਸ਼ਾਇਦ, ਸਰਬਜੀਤ ਸਿੰਘ। ਹਾਂਜੀ ਉਹ ਲੜ ਰਿਹਾ, ਮਤਲਬ ਉਸ ਟਾਈਪ ਦੇ ਬੰਦਿਆਂ ਨੂੰ ਮਤਲਬ ਲੈ ਕੇ ਆਓ ਕਹਿੰਦਾ, ਮਤਲਬ ਕਿ ਬੰਦੀ ਸਿੱਖ ਤਾਂ ਬਹੁਤ ਜ਼ਿਆਦਾ ਨੇ ਨਾ, ਵੀ ਇਕੱਲੇ ਦੋ ਚਾਰ ਹੀ ਨਹੀਂ ਹੈਗੇ। ਇਸ ਤਰ੍ਹਾਂ ਦਾ ਵੀ ਵਿਚਾਰ ਆ ਰਿਹਾ ਸੀਗਾ ਵੀ ਤੁਸੀਂ ਜਦੋਂ ਸੰਦੀਪ ਦਾ ਜ਼ਿਕਰ ਆਇਆ ਸੀ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਜਿਹੜੇ ਬੰਦੇ ਹੀ ਕਿਉਂ ਯਾਦ ਆਉਂਦੇ ਨੇ ਜਿਹੜੇ ਫਟਾਕਦੇ ਨੇ ਐਕਸ਼ਨ ਕਰਦੇ ਨੇ, ਜਿਹੜੇ ਕਿ ਉਸ ਤਰ੍ਹਾਂ ਦੇ ਹਾਲੇ ਉਹਨਾਂ ਨੂੰ ਗੁਰਮਤ ਬਾਰੇ ਵੀ ਨਹੀਂ ਪਤਾ ਹੁੰਦਾ ਜਾਂ ਉਹਨਾਂ ਨੇ ਇੱਕ ਭਾਵਨਾਤਮਕ ਤੌਰ 'ਤੇ ਐਕਸ਼ਨ ਲਿਆ ਹੁੰਦਾ। ਦੂਜਾ ਚੱਕਰ ਹੋਰ ਵੀ ਹੋ ਸਕਦਾ ਵੀ ਜੇ ਉਹਦੇ ਪਰਿਵਾਰ ਦਾ ਕਹਿਣਾ ਹੁੰਦਾ ਨਾ ਤਾਂ ਹੋ ਸਕਦਾ ਉਹਦੇ ਵਿੱਚ ਸੰਦੀਪ ਸਿੰਘ ਦੀ ਰਾਏ ਵੀ ਸ਼ਾਮਿਲ ਹੋਵੇ, ਕਿਉਂਕਿ ਕਈ ਵਾਰ ਹੁੰਦਾ ਕੀ ਹੈ ਕਿ ਬੰਦਾ ਦੇਖੋ ਹੁਣ ਤੱਕ ਜਿਹੜਾ ਉਹਦਾ ਰਿਹਾ ਆਪਣੇ ਕੋਲ, ਆਪਾਂ ਉਹਨੂੰ ਜਾਣਦੇ ਹਾਂ ਸੰਦੀਪ ਸਿੰਘ ਨੂੰ, ਵਿਚਾਰਾ ਆਮ ਇੱਕ ਦੁਕਾਨਦਾਰ ਸੀਗਾ, ਉਹ ਇਸ ਤਰ੍ਹਾਂ ਦੀਆਂ ਕਿਸਮ ਦੀਆਂ ਜਿਹੜੀਆਂ ਹੈਗੇ ਜੋਸ਼ੀਲੀਆਂ ਵੀਡੀਓਜ਼ ਵਗੈਰਾ ਸੁਣਦਾ ਹੁੰਦਾ ਸੀ, ਆਡੀਓ ਵਗੈਰਾ ਸੁਣਦਾ ਹੁੰਦਾ ਸੀ ਜਾਂ ਲਿਟਰੇਚਰ ਪੜ੍ਹਦਾ ਹੁੰਦਾ ਸੀ, ਉਹਨੇ ਉਸ ਦੌਰਾਨ ਜਿਹੜਾ ਉਕਸਾਵੇ ਵਿੱਚ ਆ ਕੇ ਉਹ ਕਦਮ ਚੁੱਕ ਲਿਆ। ਕਈ ਵਾਰ ਬੰਦੇ ਨੂੰ ਹੁੰਦਾ ਵੀ ਮੈਂ ਯਾਰ ਮੇਰੀ ਜ਼ਿੰਮੇਵਾਰੀ ਇੰਨੀ ਕੀ ਆ, ਮੈਂ ਇੰਨਾ ਕੀ ਕਰ ਸਕਦਾ ਵਾਂ, ਮਤਲਬ ਮੈਂ ਇਦੂ ਵੱਡੀ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਹੈਗਾ। ਸੋ ਇਸ ਕਰਕੇ ਜ਼ਰੂਰੀ ਨਹੀਂ ਵੀ ਕਿਸੇ ਨੇ ਰੋਕਿਆ ਹੋ ਸਕਦਾ, ਉਹਦੀ ਆਪਣੀ ਵੀ ਜਿਹੜੀ ਇੱਛਾ ਜਾਂ ਉਹਦੇ ਪਰਿਵਾਰ ਦੀ ਹੋ ਸਕਦੀ ਹੈ, ਕਿਉਂਕਿ ਪਹਿਲਾਂ ਜਦੋਂ ਸੰਦੀਪ ਸਿੰਘ ਦਾ ਨਾਂ ਵੀ ਆਇਆ ਸੀਗਾ ਉਹ ਕੁਝ ਧਿਰਾਂ ਵੱਲੋਂ ਲਿਆਂਦਾ ਗਿਆ ਨਾ ਸੀਗਾ, ਉਹ ਮਤਲਬ ਉਦੋਂ ਕੋਈ ਉਸ ਤਰ੍ਹਾਂ ਦੇ ਵਿੱਚ ਉਹਦੇ ਪਰਿਵਾਰ ਦੀ ਆਪਾਂ ਨੂੰ ਵੱਡੀ ਸ਼ਮੂਲੀਅਤ ਨਹੀਂ ਦਿਖੀ ਜਾਂ ਕਿਸੇ ਹੋਰ ਦੀ ਨਹੀਂ ਦਿਖੀ, ਜਿਵੇਂ ਕਿ ਅੰਮ੍ਰਿਤਪਾਲ ਦੇ ਪਰਿਵਾਰ ਦੀ ਆਪਾਂ ਨੂੰ ਦਿਖੀ ਹੈਗੀ ਆ। ਹਾਲਾਂਕਿ ਉਹਦਾ ਵੀ ਪਹਿਲਾਂ ਰਾਜਦੇਵ ਸਿੰਘ ਖਾਲਸਾ ਹੀ ਲੈ ਕੇ ਆਏ ਸੀ ਨਾ, ਬਾਅਦ ਵਿੱਚ ਉਹਦਾ ਪਰਿਵਾਰ ਨੇ ਐਕਟਿਵ ਹੋ ਕੇ ਕਿਹਾ ਉਹ ਹੁਣ ਸਾਰੀ ਮੁਹਿੰਮ ਚਲਾ ਰਿਹਾ, ਪਰ ਸੰਦੀਪ ਦੇ ਮਾਮਲੇ ਵਿੱਚ ਕਹਾਣੀ ਹੋਰ ਹੈ। ਸੰਦੀਪ ਦੇ ਪਿੱਛੇ ਕੋਈ ਐਂ ਸਮੂਹ ਨਹੀਂ ਸੀਗਾ, ਜਿਵੇਂ ਇਹਨੇ ਇੱਕ ਵਾਰਸ ਪੰਜਾਬ ਦੀ ਸੰਸਥਾ ਬਣਾ ਲਈ ਨਾ, ਜਾਂ ਉਹਦੇ ਵਿੱਚੋਂ ਜਿਹੜਾ ਸੰਦੀਪ ਸਿੱਧੂ ਵਾਲੀ 'ਚ ਤੋੜ ਕੇ ਕੁਛ ਬੰਦੇ ਆਪਣੇ ਨਾਲ ਲਾ ਲਏ, ਜਦ ਕਿ ਸੰਦੀਪ ਤਾਂ ਬਿਲਕੁਲ ਇੱਕ ਵਿਚਾਰਾ ਦੁਕਾਨਦਾਰ ਸੀ, ਉਹਨੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਚੀਜ਼ਾਂ ਪੜੀਆਂ ਭੜਕਾਹਟ ਵਿੱਚ ਆ ਕੇ ਉਹਨੇ ਉਹਦਾ ਕਤਲ ਕਰ ਦਿੱਤਾ। ਤੇ ਕਈ ਵਾਰ ਹੁੰਦਾ ਕਿ ਬੰਦਾ ਮੰਨਦਾ ਵੀ ਮੇਰੀ ਭੂਮਿਕਾ ਬਾਈ ਇਸ ਤੋਂ ਵੱਧ ਨਹੀਂ ਹੋ ਸਕਦੀ ਹੈਗੀ, ਇਸ ਕਰਕੇ ਦੋਵੇਂ ਹੀ ਚੀਜ਼ਾਂ ਇਹਦੇ ਵਿੱਚ, ਇਹ ਵੀ ਇੱਕ ਐਂਗਲ ਹੋ ਸਕਦਾ ਵੀ ਬੰਦੇ ਦੀ ਖੁਦ ਦੀ ਇੱਛਾ ਹੋਵੇ ਚੋਣ ਨਾ ਲੜਨ ਦੀ। ਜੀ ਪਰ ਮੇਰਾ ਸਵਾਲ ਵਾਕਈ ਇਹ ਸੀਗਾ ਵੀ ਅੰਮ੍ਰਿਤਪਾਲ ਦਾ ਸੁਨੇਹਾ ਵੀ ਤਾਂ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਲੈ ਕੇ ਆਏ ਸੀ, ਉਸੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਸੀ ਵੀ ਪਹਿਲਾਂ ਅਸੀਂ ਡਿਬਰੂਗੜ੍ਹ ਜਾ ਕੇ ਕਨਫਰਮ ਕਰਦੇ ਹਾਂ। ਹੁਣ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਦੇ ਵਿੱਚ ਜੁੱਟੇ ਹੋਏ ਆ, ਪਰ ਦੂਸਰੇ ਪਾਸੇ ਸਵਾਲ ਉਹਨਾਂ ਵਾਸਤੇ ਅੰਮ੍ਰਿਤਪਾਲ ਵਾਸਤੇ ਵੀ ਇਹੀ ਖੜਾ ਹੁੰਦਾ ਵੀ ਕਿਤੇ ਇਹਨਾਂ ਦੀ ਨਾਮਜ਼ਦਗੀ ਰੱਦ ਨਾ ਕਰਵਾ ਦਿੱਤੀ ਜਾਏ,
ਫੇਰ ਕੀ ਸੈਕਿੰਡ ਆਪਸ਼ਨ ਕੋਈ ਬਣਾਈ ਇਹਨਾਂ ਨੇ, ਜਾਂ ਇਹਨਾਂ ਕੋਈ ਰਣਨੀਤੀ ਹੈਗੀ ਆ, ਜਾਂ ਏਦਾਂ ਕੁਛ ਹੋ ਸਕਦਾ ਵੀ ਸੈਕਿੰਡ ਆਪਸ਼ਨ ਤਿਆਰ ਕਰਕੇ ਰੱਖੀ ਜਾਵੇ ਵੀ ਜੇ ਕਾਗਜ਼ ਰੱਦ ਹੁੰਦੇ ਅੰਮ੍ਰਿਤਪਾਲ ਦੇ? ਅੰਮ੍ਰਿਤਪਾਲ ਦੇ ਦੇਖੋ ਦੋ ਚੀਜ਼ਾਂ ਹੈਗੀਆਂ ਨੇ, ਜੇ ਤਾਂ ਜਿਹੜਾ ਹੈਗਾ ਕਾਗਜ਼ ਨੋਰਮਲੀ ਕਾਗਜ਼ ਰੱਦ ਨਹੀਂ ਹੋ ਸਕਦੇ ਹੈਗੇ, ਉਹਦੇ ਵਿੱਚੋਂ ਚੋਣ ਲੜ ਸਕਦਾ ਹੁੰਦਾ ਬੰਦਾ, ਇਸ ਤਰ੍ਹਾਂ ਦੇ ਮਾਮਲਿਆਂ 'ਚ ਪਹਿਲਾਂ ਨੇ ਵੀ ਕਈ ਲੜੀ ਆ। ਬਾਕੀ ਆਪਾਂ ਨੂੰ ਪਤਾ ਵੀ ਜਿਹੜੇ ਸੱਤਾਧਾਰੀ ਤੇਰਾ ਬਹੁਤ ਤਕੜੀ ਹੁੰਦੀ ਆ, ਉਹ ਕਿਸੇ ਦੇ ਵੀ ਕਾਗਜ਼ ਵਗੈਰਾ ਰੱਦ ਕਰਵਾ ਸਕਦੀ ਆ। ਹੁਣ ਇਹ ਆਪਾਂ ਨੂੰ ਪਤਾ ਲੱਗੂਗਾ ਜਦੋਂ ਉਹਦੇ ਵੱਲੋਂ ਪੇਪਰ ਕਾਗਜ਼ ਭਰੇ ਜਾਣਗੇ, ਕਿਉਂਕਿ 12 ਤਰੀਕ ਤੱਕ ਤੁਸੀਂ ਪੇਪਰ ਭਰਨੇ ਹੈਗੇ ਨੇ, 17 ਨੂੰ ਪੇਪਰ ਵਾਪਸ ਲੈਣੇ ਹੈਗੇ ਨੇ, 17 ਤਰੀਕ ਪੇਪਰ ਵਾਪਸ ਲੈਣ ਦੀ ਤਰੀਕ ਹੈਗੀ ਆ। ਕੱਲ੍ਹ ਕੁਛ ਲੋਕਾਂ ਨੇ ਪੇਪਰ ਭਰੇ ਸੀਗੇ, 15 ਕੁ ਦੇ ਕਰੀਬ ਲੋਕਾਂ ਨੇ, ਅੱਜ ਕਈ ਭਰ ਰਹੇ ਨੇ, ਸੁਖਪਾਲ ਸਿੰਘ ਖਹਿਰਾ ਅਤੇ ਡਾਕਟਰ ਗਾਂਧੀ ਨੇ ਅੱਜ ਭਰੇ ਨੇ, ਇਸੇ ਤਰ੍ਹਾਂ ਕੁਛ ਹੋਰ ਨੇ। ਜਦੋਂ ਹੁਣ ਆਪਾਂ ਨੂੰ ਪਤਾ ਲੱਗੂ ਵੀ ਜੇ ਇਹਨਾਂ ਦਿਨਾਂ 'ਚ ਅੰਮ੍ਰਿਤਪਾਲ ਕੋਈ ਆਉਂਦਾ, ਕੋਈ ਉਹਦੇ ਮੂਹਰੇ ਕੋਈ ਅੜਿੱਕੇ ਤਾਂ ਨਹੀਂ ਆਉਂਦੇ ਹੈਗੇ, ਅੜਿੱਕਿਆਂ ਦੀ ਤਾਂ ਕੋਸ਼ਿਸ਼ ਹੁੰਦੀ ਆ, ਫਿਰ ਉਸ ਹਾਲਤ ਵੀ ਤੁਹਾਡੇ ਕੋਲ ਆਲਟਰਨੇਟ ਕੀ ਹੈ? ਹੁਣ ਜੇ ਤਾਂ ਆਲਟਰਨੇਟ ਤੁਹਾਡੇ ਮਾਪੇ ਹੀ ਹੋਏ ਤਾਂ ਇੱਕ ਗੜਬੜ ਹੋਣੀ ਹੈ ਵੀ ਭਾਈ, ਉਹ ਤਾਂ ਫਿਰ ਉਹੀ ਪਰਿਵਾਰਵਾਦ ਆ ਗਿਆ ਜਿਹੜੀ ਆਪਾਂ ਵੀ ਗੱਲ ਕੀਤੀ ਸੀਗੀ, ਵੀ ਜਾਂ ਤਾਂ ਫਿਰ ਤੁਸੀਂ ਆਪਣੀ ਇਸ ਵਾਰਿਸ ਪੰਜਾਬ ਦੇ ਦੀ ਜਥੇਬੰਦੀ 'ਚ ਕੋਈ ਹੋਰ ਸੈਕਿੰਡ ਰੱਖਿਆ ਹੋਇਆ, ਆਪਣਾ ਕੋਈ ਸੈਕਿੰਡ ਪਿੱਲਰ ਰੱਖਿਆ ਹੋਇਆ, ਜੇ ਬੀਬੀ ਖਾਲੜਾ ਨੂੰ ਸੈਕਿੰਡ ਆਪਸ਼ਨ ਦੇ ਤੌਰ ਤੇ ਵੀ ਲਿਆ ਜਾ ਸਕਦਾ। ਬੀਬੀ ਖਾਲੜਾ ਦੀ ਹਾਲੇ ਉਸ ਤਰ੍ਹਾਂ ਦੀ ਸੰਭਾਵਨਾ ਲੱਗ ਨਹੀਂ ਰਹੀ, ਕੁਛ ਮੀਡੀਆ ਦੇ ਖਾਸ ਜਿਹਾ ਹਿੱਸਾ ਉਹਨੇ ਉਹ ਚਲਾਈ ਹੋਈ ਹੈ ਗੱਲ, ਸਗੋਂ ਜੇ ਬੀਬੀ ਖਾਲੜਾ ਆਉਂਦੀ ਹੈ ਤਾਂ ਮੈਨੂੰ ਲੱਗਦਾ ਅੰਮ੍ਰਿਤਪਾਲ ਨਾਲੋਂ ਬੈਟਰ ਆਪਸ਼ਨ ਹੈ, ਅੰਮ੍ਰਿਤਪਾਲ ਨਾਲੋਂ ਬੀਬੀ ਖਾਲੜਾ ਬੈਟਰ ਆਪਸ਼ਨ ਹੈ, ਕਿਉਂਕਿ ਬੀਬੀ ਖਾਲੜਾ ਖੁਦ ਵੀ ਆਪਣੇ ਜਿਹੜਾ ਇਨਸਾਫ਼ ਦੀ ਲੜਾਈ ਲੜਦੇ ਰਹੇ ਹੈਗੇ ਨੇ ਆਪਣੇ ਪਤੀ ਦੀ ਜਿਹੜੀ ਸ਼ਹਾਦਤ ਤੋਂ ਬਾਅਦ, ਉਹਨਾਂ ਨੇ ਪਿਛਲੀ ਵਾਰ ਵੀ ਚੋਣ ਲੜੀ ਸੀ, ਭਾਵੇਂ ਜਿੱਤੇ ਨਹੀਂ ਸੀ ਪਰ ਵੋਟ ਠੀਕ ਠਾਕ ਲੈ ਗਏ ਸੀ, ਉਹ ਤੀਸਰੇ ਨੰਬਰ 'ਤੇ ਆਏ ਸੀ, ਜਿਹੜਾ ਪੂਰਾ ਇੱਕ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਕਰਕੇ ਇੱਕ ਗਰੁੱਪ ਬਣਿਆ ਸੀ ਜਿਹਦੇ ਵਿੱਚ 4-5 ਪਾਰਟੀਆਂ ਸ਼ਾਮਿਲ ਸੀਗੀਆਂ, ਉਹਦੇ ਵਿੱਚ ਦਿਲਚਸਪ ਗੱਲ ਸੀ ਉਹਦੇ ਵਿੱਚ ਖੱਬੇ ਵੀ ਸ਼ਾਮਿਲ ਸੀ, ਸੱਜੇ ਵੀ ਸ਼ਾਮਿਲ ਸੀ ਅਤੇ ਸੈਂਟਰ ਵਾਲੇ ਵੀ ਸ਼ਾਮਿਲ ਸੀਗੇ। ਇੱਕ ਤਾਂ ਇਹ ਚੀਜ਼ ਹੈ, ਉਹ ਠੀਕ ਆਪਸ਼ਨ ਹੈਗੀ ਆ। ਦੂਜੀ ਜਿਹੜੀ ਤੁਹਾਡਾ ਇੱਕ ਹੋਰ ਸਵਾਲ ਸੀ ਨਾ ਵੀ ਅੰਮ੍ਰਿਤਪਾਲ ਦੇ ਘਰਦਿਆਂ ਨੇ, ਜਦੋਂ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਤਾਂ ਅੰਮ੍ਰਿਤਪਾਲ ਦੇ ਘਰਦਿਆਂ ਨੇ ਕਿਹਾ ਵੀ ਅਸੀਂ ਦਿਬੜੂਗੜ੍ਹ ਜਾ ਕੇ ਪਤਾ ਕਰਾਂਗੇ ਪਹਿਲਾਂ, ਉਹਦੇ ਵਿੱਚ ਵੀ ਦਿੱਕਤ ਆ ਰਹੀ ਹੈ। ਉਹਦੇ ਵਿੱਚ ਦਿੱਕਤ ਕੀ ਆ ਕਿ ਪਹਿਲੇ ਦਿਨ ਰਾਜਦੇਵ ਖਾਲਸਾ ਨੇ ਕਿਹਾ, ਉਹਦੇ ਮਾਤਾ ਜੀ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ, ਉਹਦੇ ਪਿਤਾ ਜੀ ਗਏ ਹੋਏ ਨੇ ਦਿਬਰੂਗੜ੍ਹ ਫਿਰ ਦੱਸਣਗੇ। ਹੁਣ ਉਹਦੇ ਪਿਤਾ ਜੀ ਕੀ ਕਹਿੰਦੇ ਨੇ? ਪਿਤਾ ਜੀ ਕਹਿੰਦੇ ਸਾਨੂੰ ਚੰਗੀ ਤਰ੍ਹਾਂ ਗੱਲ ਕਰਨ ਨਹੀਂ ਦਿੱਤੀ ਹੈਗੀ ਉਹਨਾਂ ਨੇ, ਅਧਿਕਾਰੀਆਂ ਨੇ, ਮੇਰੀ ਤਾਂ ਚੰਗੀ ਤਰ੍ਹਾਂ ਗੱਲ ਹੀ ਨਹੀਂ ਹੋਈ। ਤੁਹਾਡੀ ਚੰਗੀ ਤਰ੍ਹਾਂ ਗੱਲ ਨਹੀਂ ਹੋਈ ਫਿਰ ਤੁਸੀਂ ਆ ਕੇ ਐਲਾਨ ਕਰ ਦਿੰਦੇ ਹੋ ਵੀ ਹਾਂਜੀ ਉਹਨਾਂ ਨੇ ਚੋਣ ਲੜਨੀ ਆ, ਤੇ ਇਹਦੇ ਵਿੱਚ ਇੱਕ ਆਪਣੇ ਆਪ 'ਚ ਹੀ ਸਵਾਲ ਖੜੇ ਨੇ। ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਇਸ ਮੁੱਦੇ ਦੇ ਉੱਤੇ, ਹੁਣ ਮਸਲਾ ਉਰੇ ਆ ਗਿਆ ਕਿ ਭਾਈ ਫਿਰ ਇਹਦਾ ਮਤਲਬ ਤਾਂ ਇਹੀ ਹੈਗਾ ਕਿ ਰਾਜਦੇਵ ਖਾਲਸਾ ਪਗਾ ਗਿਆ, ਜਾਂ ਫਿਰ ਰਾਜਦੇਵ ਖਾਲਸਾ ਦੀ ਤੁਹਾਨੂੰ ਗੱਲ ਮੰਨਣੀ ਪੈ ਗਈ, ਜਾਂ ਫਿਰ ਜਿਹੜੀਆਂ ਤਾਕਤਾਂ ਰਾਜਦੇਵ ਖਾਲਸਾ ਨਾਲ ਖੜੀਆਂ ਨੇ ਉਹਨਾਂ ਦੇ, ਜਾਂ ਇਹ ਕਿਸੇ ਇਸ਼ਾਰੇ 'ਤੇ ਤੁਸੀਂ ਗੱਲ ਮੰਨੀ ਹੈਗੀ ਆ? ਸੋ ਇਸ ਤਰ੍ਹਾਂ ਦੇ ਸਵਾਲ ਅੰਮ੍ਰਿਤਪਾਲ ਬਾਰੇ ਖੜੇ ਨੇ, ਅੰਮ੍ਰਿਤਪਾਲ ਦੇ ਇੱਕ ਡਿਫਰੈਂਟ ਇਸ਼ੂ ਮੁੱਦਾ ਬਣ ਗਿਆ, ਉਹਦੇ 'ਤੇ ਤਾਂ ਬੜੇ ਸਾਰੇ ਸਵਾਲ ਹੈ। ਜਦਕਿ ਸੰਦੀਪ ਅਲੱਗਾ ਇਹ ਆ ਵੀ ਸੰਦੀਪ ਇੱਕ ਨੋਰਮਲ ਵਿਚਾਰਾ ਇਨਸਾਨ ਸੀ, ਉਹਨੂੰ ਕੁਛ ਧਿਰਾਂ ਨੇ ਕਿਹਾ ਹੁਣ ਵੀ ਖੜ ਜਾ, ਫਿਰ ਜੇ ਉਹਦਾ ਨੌਂ ਆਇਆ ਹੋਣਾ ਅਤੇ ਉਹਦੇ ਪਰਿਵਾਰ ਵਾਲਿਆਂ ਨੇ ਕਹਿਤਾ ਕਿ ਨਹੀਂ ਭਾਈ ਅਸੀਂ ਜਿਹੜਾ ਇਸ ਹਾਲਤ ਵਿੱਚ ਨਹੀਂ ਹੈਗੇ। ਸ਼ਵਿੰਦਰ ਜੀ, ਫਰਵਰੀ 2018 ਦੀ ਗੱਲ ਹੈ, ਕੈਨੇਡਾ ਤੋਂ ਇੱਕ ਜਹਾਜ਼ ਉੱਡਦਾ, ਉਹਦੇ ਵਿੱਚ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁੰਦੇ ਆ ਤੇ ਨਾਲ ਹੁੰਦੇ ਆ ਉਹਨਾਂ ਦੇ ਰੱਖਿਆ ਮੰਤਰੀ। ਜਹਾਜ਼ ਨੇ ਨਿਰਧਾਰਿਤ ਹੁੰਦਾ ਕਿ ਲੈਂਡ ਕਰਨਾ ਹੁੰਦਾ ਅੰਮ੍ਰਿਤਸਰ, ਪਰ ਉਸੇ ਦੌਰਾਨ ਭਾਰਤੀ ਸਰਕਾਰ ਇਹ ਸੁਨੇਹਾ ਪਹੁੰਚਾਉਂਦੀ ਹੈ ਕਿ ਤੁਹਾਨੂੰ ਅਸੀਂ ਲੈਂਡ ਤਾਂ ਕਰਨ ਦਿਆਂਗੇ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰੋਗੇ, ਕਿਉਂਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ। ਇਹ ਪੂਰਾ ਨਾਟਕੀ ਢੰਗ ਦੇ ਵਿੱਚ ਜਿਹੜਾ ਵਰਤਾਰਾ ਹੋਇਆ, ਇਹ ਪੂਰਾ ਸੀਨ ਜਿਹੜਾ ਇਹ ਕਿਉਂ ਘੜਿਆ ਗਿਆ ਤੇ ਇਹਦੇ ਪਿੱਛੇ
ਕੀ ਡਾਇਲੋਗ ਬਾਜੀ ਹੋਈ, ਕੀ ਇਹਦੇ ਪਿੱਛੇ ਸਕ੍ਰਿਪਟ ਲਿਖੀ ਗਈ, ਏਦਾਂ ਕਿਉਂ ਇਹਨੂੰ ਪੇਸ਼ ਕੀਤਾ ਗਿਆ? ਦੇਖੋ ਉਸ ਸਮੇਂ ਪਹਿਲਾਂ ਵੀ ਜਿਹੜੇ ਨਾ ਇੱਕ ਇੰਟਰੋਡਕਸ਼ਨ ਦੀ ਤਾਂ ਚੱਲਦੀ ਸੀਗੀ ਇਹਦੀ ਕੈਨੇਡਾ ਦੇ ਇਸ ਪ੍ਰਧਾਨ ਮੰਤਰੀ ਨੂੰ ਲੈ ਕੇ ਅਤੇ ਭਾਰਤ ਸਰਕਾਰ ਨੂੰ ਲੈ ਕੇ। ਇੱਕ ਇੰਟਰੋਡਕਸ਼ਨ ਤਾਂ ਵੈਸੇ ਪਹਿਲਾਂ ਵੀ ਚੱਲਦੀ ਆਈ ਹੈ, ਕੋਈ ਨਵੀਂ ਇੰਟਰੋਡਕਸ਼ਨ ਨਹੀਂ ਹੈਗੀ। ਜੇ ਆਪਾਂ ਦੇਖੀਏ ਵੀ ਕੈਨੇਡਾ ਵਿੱਚ ਜਿਹੜਾ ਸਟੀਫਨ ਹਾਰਪਰ ਦੀ ਸਰਕਾਰ ਹੁੰਦੀ ਸੀਗੀ, ਜਿਹੜੇ ਕਿ ਰੂੜੀਵਾਦੀ ਸੋਚ ਵਾਲੇ ਲੀਡਰ ਸੀਗੇ, ਰੂੜੀਵਾਦੀ ਪਾਰਟੀ ਨਾਲ ਸੰਬੰਧਿਤ ਸੀ, ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਸੀ, ਉਦੋਂ ਵੀ ਉਹਨਾਂ ਦਿਨਾਂ ਜਦੋਂ ਪਹਿਲਾਂ ਉਹ ਆਏ ਸੀਗੇ 14 ਤੋਂ ਪਹਿਲਾਂ ਆਏ ਸੀਗੇ ਇੰਡੀਆ ਦੀ ਯਾਤਰਾ 'ਤੇ, ਉਹਨਾਂ ਦਿਨਾਂ 'ਚ ਵਿਦੇਸ਼ ਮੰਤਰੀ ਮਹਾਰਾਣੀ ਪਰਨੀਤ ਕੌਰ ਹੁੰਦੀ ਸੀਗੀ, ਉਦੋਂ ਵੀ ਇਹਨਾਂ ਨੇ ਇਸ਼ੂ ਚੁੱਕਿਆ ਸੀ ਵੀ ਉੱਥੇ ਖਾਲਿਸਤਾਨੀ ਕੈਨੇਡਾ ਦੀ ਧਰਤੀ 'ਤੇ ਐਕਟਿਵ ਹੈਗੇ ਨੇ ਵਗੈਰਾ ਵਗੈਰਾ, ਪਰ ਉਹਦਾ ਸਵਾਗਤ ਹੋਇਆ। ਅਤੇ ਈਵਨ ਇੱਥੋਂ ਤੱਕ ਕਿ ਮੋਦੀ ਵਾਲੇ ਮਾਮਲੇ 'ਚ ਦਿਲਚਸਪ ਪਹਿਲੂ ਇਹ ਹੈਗਾ ਕਿ ਮੋਦੀ ਵੀ ਜਦੋਂ ਪ੍ਰਧਾਨ ਮੰਤਰੀ ਬਣੇ ਬਣੇ ਸੀ ਨਾ, ਉਸ ਵੇਲੇ ਵੀ ਮੋਦੀ ਆਏ ਸੀਗੇ, ਕੈਨੇਡਾ ਵੀ ਦੌਰਾ ਕੀਤਾ, ਉਦੋਂ ਵੀ ਸਟੀਫਨ ਹਾਰਪਰ ਪ੍ਰਧਾਨ ਮੰਤਰੀ ਸੀ, ਉਦੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ, ਮਤਲਬ ਉਦੋਂ ਉਹਨਾਂ ਨੂੰ ਸਟੀਫਨ ਹਾਰਪਰ ਚੁਭਿਆ ਨਹੀਂ ਸੀਗਾ ਉਸ ਤਰ੍ਹਾਂ। ਦੂਜੇ ਪਾਸੇ ਲਿਬਰਲ ਨੇ ਜਿਹੜੇ ਟਰੂਡੋ ਹੋਣੇ ਨੇ, ਟਰੂਡੋ ਜ਼ਰੂਰ ਚੜੇ ਉਹਨਾਂ ਨੂੰ ਚੁਭੇ ਹੈਗੇ ਨੇ। ਉਹਦਾ ਕਾਰਨ ਹੈ, ਇੱਕ ਉਹਦਾ ਕਾਰਨ ਹੈ ਕਿ ਇੱਕ ਤਾਂ ਜਿਹੜੀ ਉਹਦੀ ਪੋਲਿਸੀ ਹੈ ਵਿਚਾਰਧਾਰਕ ਤੌਰ ਦੇ ਉੱਤੇ, ਉਹ ਵੀ ਉਹ ਜਿਹੜਾ ਹੈਗਾ ਰੂੜੀਵਾਦੀ ਨਹੀਂ ਹੈਗੇ। ਇੱਕ ਤਾਂ ਦੁਨੀਆਂ ਭਰ ਦੇ ਲੋਕ ਕਹਿੰਦੇ ਨੇ ਕਿ ਦੇਖੋ ਦੁਨੀਆਂ ਤਿੰਨ ਹਿੱਸਿਆਂ 'ਚ ਵੰਡੀ ਹੋਈ ਹੈ, ਇੱਕ ਤਾਂ ਲੈਫਟਿਸਟ ਧੜੇ ਨੇ, ਉਹ ਤਾਂ ਚਲੋ ਸਾਈਡ ਲਾਈਨ ਥੋੜ੍ਹੇ ਜਿਹੇ ਹੈਗੇ ਨੇ, ਮੇਨ ਲੜਾਈ ਹੋਗੀ ਐਕਸਟ੍ਰੀਮਿਸਟਾਂ ਦੀ ਅਤੇ ਲਿਬਰਲ ਦੀ। ਜਦੋਂ ਐਕਸਟ੍ਰੀਮਿਸਟਾਂ ਦੀ ਲੜਾਈ ਹੁੰਦੀ ਹੈ ਤਾਂ ਦੁਨੀਆਂ ਭਰ ਤੁਸੀਂ ਕਿਸੇ ਵੀ ਮੁਲਕ 'ਚ ਬੈਠੇ ਹੋ, ਜਿਹੜਾ ਇੱਕ ਐਕਸਟ੍ਰੀਮਿਸਟ ਹੈ ਉਹ ਦੂਜੇ ਐਕਸਟ੍ਰੀਮਿਸਟ ਨਾਲ ਚੰਗੇ ਰਿਲੇਸ਼ਨ ਰੱਖਦਾ। ਉਦਾਹਰਣ ਦੇ ਤੌਰ 'ਤੇ ਅਬ ਕੀ ਵਾਰ ਟਰੂਡੋ ਅਬ ਕੀ ਵਾਰ ਟਰੰਪ ਸਰਕਾਰ, ਇਹ ਮੋਦੀ ਨੇ ਜਾ ਕੇ ਨਾਰਾ ਲਾਇਆ ਉੱਥੇ, ਉਹ ਵੀ ਰੂੜੀਵਾਦੀ ਸੀਗਾ, ਉਹ ਵੀ ਐਕਸਟ੍ਰੀਮਿਸਟ ਸੀਗਾ। ਸਟੀਫਨ ਹਾਰਪਰ ਮੋਦੀ ਨੂੰ ਨਹੀਂ ਚੁੱਭਦਾ ਹੈਗਾ, ਟਰੂਡੋ ਚੁੱਭਦਾ ਹੈਗਾ। ਇਸੇ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਗੱਲ ਕਰੀਏ, ਹੁਣ ਜਿਵੇਂ ਆਪ ਭਾਰਤੀ ਮੂਲ ਦਾ ਜਿਹੜਾ ਬਰਤਾਨੀਆ ਵਾਲਾ ਪ੍ਰਧਾਨ ਮੰਤਰੀ ਹੈ, ਉਹ ਵੀ ਨਹੀਂ ਚੁੱਭਦਾ। ਉਹਦਾ ਚਲੋ ਇੱਕ ਲਿਸ਼ ਹੈਗਾ ਵੀ ਭਾਰਤੀ ਆ, ਪਰ ਉਹਦੀ ਪਾਰਟੀ ਕਿਹੜੀ, ਉਹ ਵੀ ਰੂੜੀਵਾਦੀ ਵਿਚਾਰਾਂ ਦੀ ਹੈ। ਇੱਕ ਤਾਂ ਆਹ ਰਿਸ਼ਤਾ ਹੋ ਗਿਆ, ਇਹ ਜਿਹੜੇ ਇਕੱਠੇ ਹੋ ਕੇ, ਕਿਉਂਕਿ ਦੁਨੀਆਂ ਭਰ 'ਚ ਜਿਹੜੇ ਇੱਕ ਐਕਸਟ੍ਰੀਮਿਸਟ ਤਕੜੇ ਹੋ ਰਹੇ ਨੇ, ਉਹ ਐਕਸਟ੍ਰੀਮਿਸਟ ਲਿਬਰਲ 'ਤੇ ਅਟੈਕ ਕਰ ਰਹੇ ਨੇ ਕਿਤੇ ਨਾ ਕਿਤੇ। ਇਹ ਚੀਜ਼ ਕਿਉਂਕਿ ਲੈਫਟ ਵਾਲੇ ਤਾਂ ਪਹਿਲਾਂ ਕਮਜ਼ੋਰ ਹੋ ਚੁੱਕੇ ਨੇ, ਇਹ ਤਾਂ ਹੈਗਾ ਕਿ ਥਿਊਰੀ ਜਿਹੜੀ ਪੂਰੇ ਵਰਲਡ ਵਾਈਡ ਹੈਗੀ ਆ। ਦੂਜਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਲਿਬਰਲ ਨੇ ਉਹ ਫਿਰ ਤੁਹਾਨੂੰ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਹੋਰ ਕਰਦੇ ਨੇ, ਉਹਦੇ ਵਿੱਚ ਉਹ ਜਦੋਂ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ ਤਾਂ ਖਾਲਿਸਤਾਨੀਆਂ ਦੇ ਵਿਚਾਰਾਂ ਦੀ ਆਜ਼ਾਦੀ ਦੀ ਵੀ ਗੱਲ ਚੱਲਦੀ ਹੈ ਵੀ ਠੀਕ ਹੈ ਭਾਈ, ਇਹ ਵੀ ਡੈਮੋਕਰੇਟਿਕ ਤਰੀਕੇ ਨਾਲ ਆਪਣੀ ਗੱਲ ਕਰ ਸਕਦੇ ਨੇ। ਉਹ ਚੀਜ਼ ਫਿਰ ਭਾਰਤ ਸਰਕਾਰ ਨੂੰ ਜਿਹੜਾ ਜਿਹੜੀ ਖਾਸ ਕਰਕੇ ਇੱਦਾਂ ਦੀ ਸਰਕਾਰ ਹੋਵੇ, ਮੋਦੀ ਵਾਲੀ ਸਰਕਾਰ ਹੋਵੇ, ਉਹਨੂੰ ਵਾਰਾਂ ਨਹੀਂ ਖਾਂਦੀ। ਪਰ ਇਹਦੇ ਵਿੱਚ ਇੱਕ ਪੁਆਇੰਟ ਨੋਟ ਕਰਨ ਵਾਲਾ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਤਾਂ ਕੈਪਟਨ ਨੇ ਇਹਦਾ ਗੱਲ ਦਾ ਵਿਰੋਧ ਕੀਤਾ ਸੀਗਾ ਵੀ ਮੋਦੀ ਸਰਕਾਰ ਜਿਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਨਿਰਾਦਰ ਕਰ ਰਹੀ ਹੈ, ਇਹ ਮਾੜੀ ਗੱਲ ਹੈਗੀ ਹੈ। ਮਤਲਬ ਇਹ ਮੁੱਖ ਮੰਤਰੀ ਦਾ ਬਕਾਇਦਾ ਇੱਕ ਤਰ੍ਹਾਂ ਦਾ ਬਿਆਨ ਸੀਗਾ। ਬਾਅਦ ਵਿੱਚ ਭਾਵੇਂ ਕਿ ਉਹਨਾਂ ਨੇ ਸੱਜਣ ਸਿੰਘ ਦੇ ਬਾਰੇ ਵੀ ਕਿਹਾ ਕਿ ਨਹੀਂ ਉਹਦਾ ਅਸੀਂ ਸਵਾਗਤ ਕਰਾਂਗੇ, ਮੁੱਖ ਮੰਤਰੀ ਦਾ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀਗਾ, ਫਿਰ ਅਕਾਲੀ ਦਲ ਨੇ ਵੀ ਉਦੋਂ ਚਲੋ ਸਟੈਂਡ ਲੈ ਲਿਆ ਵੀ ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਜਿਹੜੀ ਹੈਗੀ ਤੌਹੀਨ ਕੀਤੀ ਗਈ ਹੈ, ਪਰ ਉਹ ਗੋਲ ਮੋਲ ਕਰਕੇ ਇਹਨਾਂ ਨੇ ਸਟੈਂਡ ਲਿਆ ਸੀ ਅਕਾਲੀ ਦਲ ਨੇ, ਹਾਲਾਂਕਿ ਸੱਤਾ ਦੇ ਵਿੱਚ ਸੀਗੇ। ਉਹ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਸੀ ਉਸ ਸਮੇਂ। ਸ਼ਿਵਿੰਦਰ ਜੀ, ਜੇ ਜਿਹੜਾ ਉਸ ਵਕਤ ਡੋਜ਼ੀਅਰ ਸੌਂਪਿਆ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਵੱਲੋਂ, ਉਹਦੇ ਵਿੱਚ ਕਹਿੰਦੇ ਆ ਵੀ 9 ਬੰਦਿਆਂ ਦੇ ਨਾਮ ਸੀਗੇ, ਜਿਹਦੇ ਚੋਂ ਇੱਕ ਨਾਮ ਸੀਗਾ ਹਰਦੀਪ ਸਿੰਘ ਨਿੱਜਰ। ਹਰਦੀਪ ਸਿੰਘ ਨਿੱਜਰ ਦਾ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਕਤਲ ਕਰ ਦਿੱਤਾ ਗਿਆ, ਸਾਨੂੰ ਸਾਰਿਆਂ ਨੂੰ ਪਤਾ। 3 ਮੁੰਡੇ ਗ੍ਰਿਫਤਾਰ ਕਰ ਲਏ ਗਏ, ਭਾਰਤੀ ਮੂਲ ਦੇ ਜਿਹੜੇ ਸਟੂਡੈਂਟ ਉੱਥੇ ਗਏ ਹੋਏ ਸੀ। ਅੱਜ ਇੱਕ ਵਾਰੀ ਵਿਵਾਦ ਫੇਰ ਭਖ ਗਿਆ। ਕੈਨੇਡਾ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹ ਕਹਿੰਦੇ ਆ ਜੀ, ਅਸੀਂ ਅੱਜ ਵੀ ਆਪਣੇ ਜਿਹੜੇ ਦੋਸ਼ ਲਗਾਏ ਗਏ ਆ, ਜਿਹੜੇ ਅਸੀਂ ਜਿਹੜੇ ਇਲਜ਼ਾਮ ਲਗਾਏ ਆ ਉਹਦੇ ਉੱਤੇ ਕਾਇਮ ਖੜੇ ਆ, ਤੇ ਸਾਡੇ ਜਿਹੜੇ ਸਫੀਰ ਉੱਥੇ ਨੇ ਕੈਨੇਡਾ ਦੇ ਵਿੱਚ ਨੇ, ਵਰਮਾ ਸਾਹਿਬ, ਉਹਨਾਂ ਨੇ ਵੀ ਅੱਜ ਬਿਆਨ ਦਿੱਤਾ।
ਜਿਹੜਾ ਡੋਜ਼ੀਅਰ ਸੌਂਪੇ ਜਾਣ ਵਾਲੀ ਗੱਲ ਦੇ ਵਿੱਚ ਤਾਂ ਕੋਈ ਵੱਡੀ ਖਬਰ ਨਹੀਂ ਲੱਗਦੀ, ਕਿਉਂਕਿ ਭਾਰਤ ਸਰਕਾਰ ਨੇ ਨਾ ਕਾਫੀ ਚਿਰ ਦਾ ਇਹਨੂੰ ਨਿੱਜਰ ਨੂੰ ਅੱਤਵਾਦੀ ਐਕਟੀਵਿਟੀ 'ਚ ਘੋਸ਼ਿਤ ਕੀਤਾ ਹੋਇਆ ਸੀਗਾ। ਹਾਲਾਂਕਿ ਨਿੱਜਰ ਦੇ ਪੱਖ ਦੇ ਬੰਦੇ ਕਹਿ ਰਹੇ ਨੇ ਕਿ ਉਹ ਹੁਣ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਸੀ, ਪਹਿਲਾਂ ਸੀਗਾ ਹੁਣ ਨਹੀਂ ਸੀਗਾ। ਅਤੇ ਭਾਰਤ ਸਰਕਾਰ ਨੇ ਇੱਥੋਂ ਤੱਕ ਉਹਦੀ ਜ਼ਮੀਨ ਵਗੈਰਾ ਵੀ ਕੁਰਕ ਕੀਤੀ ਹੋਈ ਹੈ, ਜਿਹੜੀ ਤੁਹਾਡੇ ਜਲੰਧਰ ਦੇ ਵਿੱਚ ਹੀ ਉਹਦਾ ਪਿੰਡ ਪੈਂਦਾ ਹੈਗਾ, ਉੱਥੇ ਕੀਤੀ ਹੋਈ ਉਹ ਕਾਫੀ ਲੰਬੇ ਸਮੇਂ ਦਾ, ਕਿਉਂਕਿ ਇਸ ਕਰਕੇ ਜੇ ਉਹ ਡੋਜ਼ੀਅਰ ਸੌਂਪਿਆ ਵੀ ਹੋਏਗਾ ਨਾ, ਕੋਈ ਵੱਡੀ ਇਸ਼ੂ ਨਹੀਂ ਹੈਗਾ, ਕਿਉਂਕਿ ਭਾਰਤ ਸਰਕਾਰ ਪਹਿਲਾਂ ਹੀ ਉਹਨੂੰ ਇੱਕ ਤਰ੍ਹਾਂ ਨਾਲ ਮੋਸਟ ਵਾਂਟਡ ਦੀ ਲਿਸਟ ਵਿੱਚ ਰੱਖ ਚੁੱਕੀ ਸੀ, ਜਦਕਿ ਕੈਨੇਡਾ ਵਿੱਚ ਉਹਨੂੰ ਇੱਕ ਨੋਰਮਲ ਲਾਈਫ ਜੀਂਦਾ ਸੀ, ਉਹਦੇ ਮੰਨਣ ਵਾਲੇ ਕਹਿੰਦੇ ਨੇ। ਵਿਚਾਰਧਾਰਾ ਦੇ ਪੱਖੋਂ ਜ਼ਰੂਰ ਉਹ ਖਾਲਿਸਤਾਨੀ ਸੀਗਾ, ਜਾਂ ਗੁਰਦੁਆਰੇ ਦਾ ਉਹ ਪ੍ਰੈਜ਼ੀਡੈਂਟ ਵੀ ਬਣਿਆ ਸੀਗਾ ਉਹ, ਕਿਉਂਕਿ ਮੈਂ ਉਦੋਂ ਇੱਕ ਸਟੋਰੀ ਕੀਤੀ ਸੀ ਜਦੋਂ ਇਹ ਮੁੱਦਾ ਅਕਤੂਬਰ ਦੇ ਵਿੱਚ ਭਖਿਆ ਭਖਿਆ ਸੀ, ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸਵਾਲ ਖੜੇ ਕੀਤੇ ਸੀਗੇ। ਈਵਨ ਇੱਥੋਂ ਤੱਕ ਕਿ ਉਹਦੀ ਜਿਹੜੀ ਮੌਤ ਦੇ ਬਾਰੇ ਵੀ ਜਿਹੜੀ ਜਾਂਚ ਕੀਤੀ ਜਾਵੇ ਇਹ ਮੁੱਦਾ ਚੁੱਕਿਆ ਸੀ, ਉਹਦੇ ਵਿੱਚ ਜਿਹੜੀ ਜਾਂਚ ਵੀ ਹੁੰਦੀ ਹੈ ਨਾ ਕੈਨੇਡਾ ਸਰਕਾਰ ਦੁਆਰਾ, ਐਂ ਨਹੀਂ ਹੁੰਦੀ, ਉਹਦੇ ਵਿੱਚ ਕਿਸੇ ਐਮਪੀ ਦੇ ਦੁਆਰਾ ਮੈਂਬਰ ਪਾਰਲੀਮੈਂਟ ਦੁਆਰਾ ਉਹ ਮੁੱਦਾ ਚੁੱਕਿਆ ਜਾਂਦਾ ਸੰਸਦ ਦੇ ਵਿੱਚ, ਫਿਰ ਉਹਦੇ ਲਈ ਵੋਟਿੰਗ ਹੁੰਦੀ ਆ। ਉਹ ਸੁੱਖ ਧਾਲੀਵਾਲ ਨੇ ਚੁੱਕਿਆ ਸੀਗਾ ਮੁੱਦਾ, ਉਦੋਂ ਮੇਰੀ ਸੁੱਖ ਧਾਲੀਵਾਲ ਦਾ ਵੀ ਮੈਂ ਕੋਰਟ ਲਿਆ ਸੀ, ਮੈਂ ਬਕਾਇਦਾ ਇੱਕ ਨਿਊਜ਼ ਕਲਿੱਕ 'ਤੇ ਉਹਨਾਂ ਦਿਨਾਂ 'ਚ ਇੱਕ ਸਟੋਰੀ ਕੀਤੀ ਸੀ ਪੂਰੀ ਇਸ ਇਸ਼ੂ ਦੇ ਉੱਤੇ। ਅਤੇ ਇਸ ਕਰਕੇ ਉਹ ਕੋਈ ਵੱਡਾ ਇਸ਼ੂ ਮੈਨੂੰ ਲੱਗਦਾ ਨਹੀਂ ਹੈਗਾ ਵੀ ਉਹਦਾ ਡੋਜ਼ੀਅਰ ਦੇ ਵਿੱਚ ਨਾ ਸੀਗਾ। ਹੁਣ ਕੈਨੇਡਾ ਦੁਬਾਰੇ ਫਿਰ ਕਹਿ ਰਿਹਾ ਵੀ ਅਸੀਂ ਜਿਹੜੀ ਗੱਲ ਕਹੀ ਹੈਗੀ ਆ ਉਹ ਗੱਲ ਦੇ ਉੱਤੇ ਵਜਦ ਹੈ ਵੀ ਉਹਦੀ ਹੱਤਿਆ ਦੇ ਵਿੱਚ ਜਿਹੜੇ ਭਾਰਤੀ ਏਜੰਟ ਨੇ ਉਹ ਉਹਨਾਂ ਦੀ ਸ਼ਮੂਲੀਅਤ ਆ, ਉਹ ਕਿਤੇ ਨਾ ਕਿਤੇ ਭਾਰਤ ਨੂੰ ਫਿਰ ਘੇਰਨ ਵਾਲੀ ਗੱਲ ਹੋ ਜਾਂਦੀ ਹੈ। ਹਾਲਾਂਕਿ ਭਾਰਤ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਜਾਂ ਕਹਿ ਲਓ ਜਾਂਚ ਵਿੱਚ ਸਹਿਯੋਗ ਵਰਗੀ ਕੋਈ ਗੱਲ ਦਿਖ ਨਹੀਂ ਰਹੀ ਹੈਗੀ। ਕੱਲ੍ਹ ਜਦੋਂ ਭਾਰਤ ਦੇ ਵਿੱਚ ਤੀਜੇ ਗੇੜ ਦੀਆਂ ਚੋਣਾਂ ਮੁਕੰਮਲ ਹੋਈਆਂ ਤਾਂ ਕਈ ਸਵਾਲ ਜਿਹੜੇ ਆ ਖੜੇ ਹੋ ਗਏ। ਇੱਕ ਤਾਂ ਸਵਾਲ ਇਹ ਖੜਾ ਹੋਇਆ ਵੀ ਮੁਸਲਮਾਨਾਂ ਦੇ ਨਾਲ ਵੋਟਿੰਗ ਦੇ ਦੌਰਾਨ ਧੱਕਾ ਹੋਇਆ, ਤੇ ਦੂਜਾ ਸਵਾਲ ਖੜਾ ਹੋ ਗਿਆ ਫਿਰ ਚੋਣ ਕਮਿਸ਼ਨ ਦੇ ਉੱਤੇ। ਇੱਕ ਨੇ ਕਈ ਸਾਰੇ ਸਵਾਲ ਖੜੇ ਹੋਏ ਨੇ। ਇੱਕ ਤਾਂ ਵੋਟਿੰਗ ਫੀਸ ਦੀ ਫਿਰ ਘੱਟ ਰਹੀ ਆ, 63% ਰਹੀ ਆ ਵੋਟ ਹੁਣ ਦੋ ਐਂਡ ਤੇ, ਅਖੀਰਲੀ ਵੋਟ ਪਰਸੈਂਟ ਕਿੰਨੀ ਆ ਉਹ ਚੋਣ ਕਮਿਸ਼ਨ ਦੱਸ ਹੀ ਨਹੀਂ ਰਿਹਾ, ਜੇ ਦੱਸਦਾ ਤਾਂ ਨਾਲ ਵੋਟਾਂ ਨਹੀਂ ਦੱਸ ਰਿਹਾ। ਨਹੀਂ ਇੱਕ ਰੂਲ ਹੁੰਦਾ ਕਿ ਤੁਸੀਂ ਇੰਨੇ ਸਮੇਂ 'ਚ ਦੱਸਣੀ ਹੁੰਦੀ ਹੈ, ਅਤੇ ਫਿਰ ਉਹਦੇ ਵਿੱਚ ਇਕੱਲੀ ਦੱਸਣੀ ਨਹੀਂ ਹੁੰਦੀ, ਨਾਲ ਉਹਦੇ ਵਿੱਚ ਵੋਟਾਂ ਦੱਸਣੀਆਂ ਹੁੰਦੀਆਂ ਕੁੱਲ ਕਿੰਨੀਆਂ ਪਈਆਂ। ਇੱਕ ਤਾਂ ਇਹਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਿਆ, ਚੋਣ ਕਮਿਸ਼ਨ ਨੂੰ ਬਕਾਇਦਾ ਚਿੱਠੀ ਲਿਖੀ ਆ ਵੀ ਭਾਈ ਤੁਹਾਡੀ ਜਿਹੜੀ ਹੈਗੀ ਆ ਭੂਮਿਕਾ ਸਾਨੂੰ ਸ਼ੱਕੀ ਲੱਗ ਰਹੀ ਹੈ, ਸਵਾਲਾਂ ਦੇ ਘੇਰੇ ਵਿੱਚ ਹੈਗੀ ਹੈ। ਬੜੀ ਸ਼ਰਮ ਵਾਲੀ ਗੱਲ ਹੁੰਦੀ ਹੈ ਕਿ ਜੇਕਰ ਇੱਕ ਇੱਦਾਂ ਦੀ ਵਕਾਲੀ ਸੰਸਥਾ ਦੇ ਉੱਤੇ ਸਵਾਲ ਉੱਠਣ ਤਾਂ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ, ਨੰਬਰ ਇੱਕ। ਫਿਰ ਇਕੱਲੀ ਇੱਥੋਂ ਹੀ ਨਹੀਂ, ਕੱਲ੍ਹ ਜਦੋਂ ਚੋਣਾਂ ਹੋਈਆਂ ਤਾਂ ਪਤਾ ਲੱਗਿਆ ਜਿਹੜੀ ਗਾਂਧੀ ਨਗਰ ਵਾਲੀ ਸੀਟ ਹੈ, ਅਮਿਤ ਸ਼ਾਹ ਵਾਲੀ ਸੀਟ ਹੈ, ਜਿਹੜੀ ਕਿ ਪੱਕੀ ਉਹਨਾਂ ਨੇ ਜਿੱਤਣੀ ਸੀ, ਉਹ ਸਭ ਕੋਈ ਕਹਿੰਦੇ ਨੇ ਵੀ ਉਹ ਦਾਅਵੇਦਾਰੀ ਤਕੜੀ ਉਹਨਾਂ ਦੀ ਮਜ਼ਬੂਤ ਹੈ। ਉਹ ਸੀਟ ਉੱਤੇ ਘੱਟੋ ਘੱਟ 12-13 ਉਮੀਦਵਾਰ ਨੇ ਜਿਨ੍ਹਾਂ ਨੂੰ ਡਰਾਇਆ ਗਿਆ, ਧਮਕੀਆਂ ਮਿਲੀ ਕਿ ਚੋਣ ਆ ਤੁਸੀਂ ਪਿੱਛੇ ਹਟ ਜਾਓ, ਅਤੇ ਉਹ ਪਿੱਛੇ ਹਟੇ ਵੀ ਨੇ। ਉਹਦੇ ਵਿੱਚ ਕੁਝ ਨੇ ਤਾਂ ਇਹ ਵੀ ਕਹਿ ਦਿੱਤਾ, ਇੱਕ ਤਾਂ ਆਜ਼ਾਦ ਉਮੀਦਵਾਰ ਸੀ ਵਿਚਾਰਾ, ਕਿਸੇ ਪਾਰਟੀ ਨਾਲ ਸੰਬੰਧਿਤ ਵੀ ਨਹੀਂ ਸੀਗਾ, ਉਹ ਕਹਿੰਦਾ ਮੈਨੂੰ ਮੇਰੀ ਜਾਨ ਨੂੰ ਖਤਰਾ, ਇਸ ਕਰਕੇ ਮੈਂ ਕਾਗਜ਼ ਵਾਪਸ ਲਏ ਨੇ। ਇਹ ਕੀ ਹੈ, ਇਹ ਗੁੰਡਾਗਰਦੀ ਨਹੀਂ ਕੀ ਹੈਗੀ? ਫਿਰ ਉੱਥੇ ਕੱਲ੍ਹ ਉਸੇ ਦਿਨ ਹੀ ਹੋਇਆ ਕਿ ਜਿਵੇਂ ਉਦਾਹਰਣ ਦੇ ਤੌਰ 'ਤੇ ਤੁਹਾਡੇ ਕੋਲ ਪੈੱਨ ਹੋਏਗਾ, ਤੁਹਾਡੇ ਜੇਬ 'ਚ ਪੈੱਨ ਹੈਗਾ ਆਪਣਾ ਸੰਦੀਪ ਜੀ? ਇਸ ਵਕਤ ਨਹੀਂ ਹੈਗਾ ਜਨਾਬ। ਮੇਰੇ ਕੋਲ ਵੀ ਨਹੀਂ, ਮੈਂ ਜਿਵੇਂ ਤੁਹਾਡਾ ਪੈੱਨ ਆ, ਕੋਈ ਪੈੱਨ ਦੇ ਉੱਤੇ ਕਮਲ ਲੱਗਿਆ ਹੋਇਆ, ਜਿਹੜੇ ਅਧਿਕਾਰੀ ਵੋਟਾਂ ਵਾਲੇ ਅਧਿਕਾਰੀ ਬੈਠੇ ਨੇ ਉੱਥੇ, ਉਹਦੇ ਉਹਨਾਂ ਨੇ ਕਮਲ ਆਪਣੇ ਹੱਥ 'ਚ ਜਿਹੜਾ ਪੈੱਨ ਫੜਿਆ ਹੋਇਆ, ਮਤਲਬ ਉਹ ਆਪਣੀ ਵੋਟਾਂ ਪਵਾ ਰਹੇ ਨੇ, ਨਾਲ ਉੱਤੇ ਪੈੱਨ ਲੱਗਿਆ ਹੋਇਆ, ਉਹਦੇ ਉੱਤੇ ਕਮਲ ਦਾ ਫੁੱਲ ਲੱਗਿਆ ਹੋਇਆ। ਉਹ ਕਹਿੰਦੇ ਵੀ ਇਹ ਵੀ ਚੋਣ ਜ਼ਾਬਤੇ ਦੀ ਵੱਡੀ ਉਲੰਘਣਾ ਹੈਗੀ ਆ। ਇਸੇ ਤਰ੍ਹਾਂ ਅਮਿਤ ਸ਼ਾਹ ਦੇ ਹਲਕੇ ਗਾਂਧੀ ਨਗਰ ਦੇ ਵਿੱਚ ਜਿੱਥੇ ਵੋਟ ਪੈ ਰਹੀ ਹੈ, ਉੱਥੇ ਸ਼੍ਰੀ ਰਾਮ ਚੰਦਰ ਜੀ ਦਾ ਇੱਕ ਵੱਡਾ ਸਾਰਾ ਉਹ ਲੱਗਿਆ ਹੋਇਆ, ਪੋਸਟਰ ਲੱਗਿਆ ਹੋਇਆ। ਇਹ ਸਾਰੀਆਂ ਗੱਲਾਂ ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ, ਚੋਣ ਕਮਿਸ਼ਨ ਚੁੱਪ ਹੈ। ਹੁਣ ਦੂਜੇ ਪਾਸਿਓਂ ਇੱਕ ਖਬਰ ਇਹ ਆ ਰਹੀ ਹੈ ਕਿ ਗੁਜਰਾਤ ਦੇ ਵਿੱਚ ਕਾਂਗਰਸ ਪਾਰਟੀ ਨੇ ਅਤੇ ਇੱਧਰੋਂ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੋਹਾਂ ਸੂਬਿਆਂ ਦੇ ਜਿਹੜੇ ਹੈਗੇ ਨੇ ਮੁਸਲਮਾਨ ਆ, ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਬਕਾਇਦਾ ਤੌਰ ਦੇ ਉੱਤੇ। ਸੋ ਇਹ ਮੈਨੂੰ ਲੱਗਦਾ ਬਹੁਤ ਗੰਭੀਰ ਦੋਸ਼ ਨੇ।
ਪੰਜਾਬ ਦੇ ਵਿੱਚ ਲੋਕ ਸਭਾ ਸੀਟ ਹੈ ਹੁਸ਼ਿਆਰਪੁਰ, ਬਸਪਾ ਨੇ ਉਮੀਦਵਾਰ ਐਲਾਨ ਦਿੱਤਾ ਸੀ, ਉਮੀਦਵਾਰ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ, ਰੈਲੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤੇ ਬਿਲਕੁਲ ਸੁਸ਼ੀਲ ਕੁਮਾਰ ਰਿੰਕੂ ਦੀ ਤਰਜ਼ ਦੇ ਉੱਤੇ ਟਿਕਟ ਲੈ ਕੇ ਉਹ ਜਿਹੜੇ ਕੈਂਡੀਡੇਟ ਆ ਉਹ ਆਮ ਆਦਮੀ ਪਾਰਟੀ ਚ ਚਲੇ ਗਏ। ਹੁਣ ਅਸਲ ਚ ਜਿਹੜੀ ਰੁੱਤ ਆਈ ਹੋਈ ਹੈ ਨਾ ਉਹ ਹੈਗੀ ਆ ਬੰਦੇ ਪੱਟਣ ਦੀ, ਬੰਦੇ ਇੱਧਰ ਜਾਣ ਦੀ, ਇਹ ਚੋਣਾਂ ਤੱਕ ਜਿਹੜੀ ਇਹ ਰੁੱਤ ਪਤਾ ਨੀ ਐਂਡ ਤੱਕ ਹੀ ਰਹੂਗੀ, ਇਹ ਤਾਂ ਖਾਸ ਕਰ 17 ਤੱਕ ਤਾਂ 17 ਤਰੀਕ ਤੱਕ ਤਾਂ ਰਹੂਗੀ ਰਹੂਗੀ। ਹੁਣ ਇੱਥੇ ਤਾਂ ਗੱਲ ਹੈ ਕਿ ਉਮੀਦਵਾਰ ਪੱਟ ਲਿਆ ਅਗਲਿਆਂ ਨੇ, ਜਿਵੇਂ ਕਿ ਜਿਵੇਂ ਆਪ ਨਾਲ ਹੋ ਕੇ ਹਟਿਆ ਉਦਾਂ ਉਹਨਾਂ ਨੇ ਬਸਪਾ ਨਾਲ ਕਰ ਦਿੱਤਾ ਹੁਸ਼ਿਆਰਪੁਰ ਤੋਂ ਬਸਪਾ ਨੂੰ। ਜੀ 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 ਹਾਂਜੀ ਤੁਸੀਂ ਦੱਸੋ, ਕੁਛ ਪੁੱਛਣ ਲੱਗੇ ਕਰੋ 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 ਕੰਟੀਨਿਊ। ਇਹ ਮੈਂ ਕਿਹਾ ਵੀ ਜਿਹੜਾ ਝਟਕਾ ਹੁਸ਼ਿਆਰਪੁਰ ਤੋਂ ਰਾਕੇਸ਼ ਜਿਹੜਾ ਹੈਗਾ, ਸੋਮਨ ਆ ਜਾਂ ਸੋਮਨ ਵੀ ਕਹਿੰਦੇ ਨੇ, ਸੋਮਨ ਕਹਿੰਦੀਆਂ ਨੇ, ਉਹਨੂੰ ਜਿਹੜਾ ਹੈਗਾ ਲੱਗਿਆ ਹੈਗਾ, ਤੇ ਰਾਕੇਸ਼ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਾਇਆ ਗਿਆ। ਉਹ ਕਹਿੰਦਾ ਜੀ ਮੈਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਬੜਾ ਖੁਸ਼ ਹਾਂ। ਹੁਣ ਸਾਨੂੰ ਇਹ ਨਹੀਂ ਪਤਾ ਜੇ ਨੀਤੀਆਂ ਤੋਂ ਖੁਸ਼ ਆ ਫਿਰ ਬਸਪਾ ਦੀ ਟਿਕਟ ਕਿਉਂ ਲਈ ਸੀਗੀ ਬਈ। ਮੈਂ ਇਹੀ ਗੱਲ ਕਹਿਣ ਲੱਗਾ ਸੀਗਾ ਵੀ ਜਦੋਂ ਮੈਂ ਨਾ ਇਹਨਾਂ ਬਾਰੇ ਥੋੜ੍ਹੀ ਤਫਤੀਸ਼ ਕੀਤੀ ਨਾ, ਮੈਂ ਹੁਸ਼ਿਆਰਪੁਰ ਇੱਕ ਦੋ ਜਾਣਿਆਂ ਨੂੰ ਬਸਪਾ ਦੇ ਆਗੂਆਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਪਹਿਲੀ ਗੱਲ ਤੇ ਕਹਿੰਦੇ ਇਹ ਤੇ ਬਾਹਰੀ ਕੈਂਡੀਡੇਟ ਸੀਗਾ, ਤੇ ਦੂਸਰੀ ਗੱਲ ਕਹਿੰਦੇ ਵੀ ਇਹ ਹੁਣ ਵੀਡੀਓ ਜਿਹੜਾ ਇਹਨਾਂ ਨੇ ਮੈਸੇਜ ਛਾਇਆ ਕੀਤਾ ਉਹਦੇ ਵਿੱਚ ਕਹਿ ਰਿਹਾ ਵੀ ਮੈਂ ਨੀਤੀਆਂ ਤੋਂ ਬੜਾ ਖੁਸ਼ ਹਾਂ। ਉਹ ਬਿਲਕੁਲ ਆਹੀ ਗੱਲ ਕਰ ਰਹੇ ਸੀ, ਕਹਿੰਦੇ ਜੇ ਨੀਤੀਆਂ ਤੋਂ ਖੁਸ਼ ਸੀਗੇ ਤੇ ਫਿਰ ਤੁਸੀਂ ਟਿਕਟ ਲਈ ਕਿਉਂ, ਫਿਰ ਚੋਣ ਪ੍ਰਚਾਰ ਸ਼ੁਰੂ ਕਾਹਦੇ ਲਈ ਕੀਤਾ, ਟਿਕਟ ਲਈ ਕਿਉਂ, ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਸ਼ੁਰੂ ਕਰ ਦਿੰਦੇ ਉੱਥੇ ਜਾ ਕੇ। ਅਸਲ 'ਚ ਗੱਲ ਇਹ ਹੈ ਕਿ ਇਹ ਜਿਹੜੇ ਜਿੰਨੇ ਵੀ ਸਾਡੇ ਲੀਡਰ ਨੇ ਇਹਨਾਂ ਦਾ ਕੋਈ ਦੀਨ ਮਜ਼ਹਬ ਹੋਰ ਕੁਛ ਨਹੀਂ ਰਹਿ ਗਿਆ ਹੈਗਾ, ਅਤੇ ਉਹਨਾਂ ਜਿੱਧਰੋਂ ਕਿਤੇ ਕੋਈ ਲਾਲਚ ਮਿਲਦਾ ਕੋਈ ਡਰਾਵਾ ਮਿਲਦਾ ਉਹਦੇ ਥੱਲੇ ਆ ਕੇ ਉਹ ਛੇਤੀ ਜਿਹੜਾ ਪਲਟੀ ਮਾਰ ਜਾਂਦੇ ਨੇ। ਹੋ ਸਕਦਾ ਭਗਵੰਤ ਮਾਨ ਨੇ ਕਿਹਾ ਹੋਵੇ ਵੀ ਤੁਸੀਂ ਸਾਨੂੰ ਆ ਹੁਸ਼ਿਆਰਪੁਰ ਲੋਕ ਸਭਾ ਸੀਟ ਜਿਤਾ ਦਿਓ, ਤੁਹਾਨੂੰ ਚੱਬੇਵਾਲ ਤੋਂ ਫਿਰ ਬਾਈ ਇਲੈਕਸ਼ਨ ਜਿਤਾ ਦਿਆਂਗੇ ਜੇ ਚੱਬੇਵਾਲ ਸਾਹਿਬ ਜਿੱਤ ਗਏ। ਹੋ ਸਕਦਾ, ਕੁਛ ਵੀ ਹੋ ਸਕਦਾ, ਕੁਛ ਵੀ ਸੰਭਵ ਹੈ। ਲਾਲਚ ਇਕੱਲਾ ਸੀਟ ਦਾ ਨਹੀਂ ਹੁੰਦਾ ਹੈਗਾ, ਬਾਈ ਇਲੈਕਸ਼ਨ ਦਾ ਹੀ ਨਹੀਂ ਹੁੰਦਾ, ਪੈਸੇ ਦਾ ਵੀ ਹੁੰਦਾ। ਪੈਸੇ ਤਾਂ ਫਿਰ ਡਰਾਵਾ, ਕਿਉਂਕਿ ਸੁਣਿਆ ਜਨਾਬ ਰੀਅਲ ਸਟੇਟ ਦਾ ਕੰਮ ਕਰਦੇ ਆ, ਉਹਦੇ ਵਿੱਚ 100 ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਹੁੰਦੇ ਨੇ। ਉਹ ਪੁੱਠੇ ਸਿੱਧੇ ਉਸ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਜਦੋਂ ਤੁਸੀਂ ਸੱਤਾ ਦੇ ਵਿੱਚ ਹੋ ਤਾਂ ਤੁਹਾਡੀ ਜਿਹੜੀ ਨਬਜ਼ ਫੜਨੀ ਕੋਈ ਔਖੀ ਨਹੀਂ ਹੁੰਦੀ ਹੈਗੀ। ਉਹਦੇ ਬਾਰੇ ਵੀ ਕਾਫੀ ਤਫਤੀਸ਼ ਹੋਈ, ਪਰ ਕਿਉਂਕਿ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਤਾਂ ਕਰਕੇ ਆਪਾਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ। ਉਹਦੇ ਨਾਲ ਵੀ ਜੁੜੇ ਹੋਏ ਆ, ਇੱਕ ਘੁਟਾਲੇ ਦੇ ਨਾਲ ਵੀ ਇਹਨਾਂ ਦਾ ਨਾਮ ਜੁੜਿਆ ਜਾਂਦਾ ਦੱਸਿਆ ਜਾਂਦਾ, ਪਰ ਚਲੋ ਕਿਉਂਕਿ ਕੋਈ ਕਿਸੇ ਕਿਸਮ ਦੀ ਅਧਿਕਾਰਿਕ ਆਪਣੇ ਕੋਲ ਪੁਸ਼ਟੀ ਨਹੀਂ ਹੈਗੀ, ਆਪਾਂ ਉਹ ਪੂਰੇ ਮਾਮਲੇ ਦਾ ਜ਼ਿਕਰ ਨਹੀਂ ਕਰਦੇ। ਪਰ ਆਪਾਂ ਚੱਲਦੇ ਹਾਂ ਬਠਿੰਡਾ। ਪਰਮਪਾਲ ਕੌਰ ਸਿੱਧੂ IAS ਸੀਗੇ 2011 ਬੈਚ ਦੇ, ਬਤੌਰ ਉਹ ਮਿੱਖਿਆ ਪੰਚਾਇਤ ਆਫਿਸਰ ਪੰਜਾਬ ਸਰਕਾਰ 'ਚ ਭਰਤੀ ਹੋਏ ਸੀ, ਨੌਕਰੀ ਛੱਡ ਦਿੱਤੀ। ਜਦੋਂ ਉਹਨਾਂ ਨੇ ਨੌਕਰੀ ਛੱਡੀ VRS ਭੇਜੀ ਭਗਵੰਤ ਮਾਨ ਹੁਣਾਂ ਨੇ, ਉਦੋਂ ਵੀ ਇੱਕ ਟਵੀਟ ਕੀਤਾ ਸੀਗਾ ਤੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੂੰ ਚਿੱਠੀ ਕੱਢ ਦਿੱਤੀ ਹੈ ਵੀ ਤੁਸੀਂ ਨੌਕਰੀ ਦੁਬਾਰਾ ਜੁਆਇਨ ਕਰੋ, ਸਿਆਸੀ ਸਫ਼ਰ ਹਲੇ ਬਾਅਦ 'ਚੋਂ ਸ਼ੁਰੂ ਕਰਿਓ। ਇਹ ਅਸਲ ਵਿੱਚ ਨਾ ਬੜਾ ਪੇਚੀਦਾ ਜਿਹਾ ਮਾਮਲਾ ਹੈਗਾ, ਟੈਕਨੀਕਲ ਜ਼ਿਆਦਾ ਮਾਮਲਾ ਹੈਗਾ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ IAS ਅਧਿਕਾਰੀ ਵਗੈਰਾ ਹੁੰਦੇ ਆ ਉਹਨਾਂ ਲਈ ਇੱਕ ਰੂਲ ਹੁੰਦਾ, ਕਿਉਂਕਿ ਉਹ ਵੈਸੇ ਤਾਂ ਸੈਂਟਰ ਗਵਰਨਮੈਂਟ ਦੇ ਅੰਡਰ ਹੀ ਆ ਜਾਂਦੇ ਹੁੰਦੇ ਨੇ ਇਹ ਜਿਹੜੀ ਪੋਸਟ ਹੁੰਦੀ ਹੈ। ਇਹਦੇ ਵਿੱਚ ਹੁੰਦਾ ਕਿ ਜਿਨ੍ਹਾਂ ਨੇ ਤੁਹਾਨੂੰ ਲਾਇਆ, ਜਿਨ੍ਹਾਂ ਵੱਲੋਂ ਤੁਸੀਂ ਨਿਯੁਕਤ ਕੀਤੇ, ਤੁਸੀਂ ਉਹਨਾਂ ਲਈ ਉੱਤਰਦਾਈ ਹੁੰਦੇ ਹੋ। ਉਸ ਐਂਗਲ ਤੋਂ ਤਾਂ ਪੰਜਾਬ ਸਰਕਾਰ ਦਾ ਆ ਜਾਂਦਾ ਹੈਗਾ ਅਧਿਕਾਰ ਖੇਤਰ, ਪਰ ਇਹਦੇ 'ਤੇ ਸਿੱਧਾ ਜਿਹੜਾ ਜਿਹੜੇ ਪਾਵਰਾਂ ਦੀ ਗੱਲ ਕਰੀਏ ਆਪਾਂ ਤਾਂ ਉਹਦੇ ਵਿੱਚ ਜਿਸ ਪਰ ਸੂਬਾ ਸਰਕਾਰ ਅਤੇ ਇੱਦਾਂ ਦੇ ਮਾਮਲਿਆਂ ਵਿੱਚ ਸੂਬਾ ਸਰਕਾਰ ਅਤੇ ਸੈਂਟਰ ਦੀਆਂ ਪਾਵਰਾਂ ਦੀ ਜਿਹੜੀ ਗੱਲ ਕਰੀਏ ਉਹਦੇ ਵਿੱਚ ਸੈਂਟਰ ਦੀ ਪਾਵਰ ਜ਼ਿਆਦਾ ਹੁੰਦੀ ਹੈਗੀ ਆ, ਕਿਉਂਕਿ ਇਹਨਾਂ ਨੇ ਤਾਂ ਕਿਹਾ ਵੀ ਜਿਹੜੇ ਆਧਾਰ ਦੇ ਉੱਤੇ ਇਹਨਾਂ ਨੇ VRS ਲਈ ਹੈਗੀ ਆ ਉਹ ਆਧਾਰ ਗਲਤ ਹੈ, ਝੂਠਾ ਹੈਗਾ ਵਾ, ਇਸ ਕਰਕੇ ਅਸੀਂ ਜਿਹੜਾ ਇਹ ਕਰਦੇ ਹੈਗੇ ਹਾਂ। ਲੇਕਿਨ ਹੁਣ ਸਵਾਲ ਇਹ ਹੈਗਾ ਨਾ ਜੇ ਇਹਦੇ ਵਿੱਚ ਕੋਈ ਦਿੱਕਤ ਹੁੰਦੀ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਸੈਂਟਰ ਵਾਲੇ ਵੀ ਇੱਦਾਂ
ਅਨਾੜੀ ਨਹੀਂ ਹੈਗੇ, ਉਹ ਵੀ ਕਾਫੀ ਮੰਜੇ ਹੋਏ ਨੇ ਇਹੋ ਜਿਹੇ ਕੰਮਾਂ ਨੂੰ ਤਾਂ ਖਾਸ ਕਰਕੇ। ਫਿਰ ਉਹਨਾਂ ਨੇ ਇਹਨਾਂ ਨੂੰ ਉਹ ਜਿਹੜੀ ਜਿਹੜੀ ਪਹਿਲੀ ਅਗਾਊ ਇਹਦੀ ਸੇਵਾ ਮੁਕਤੀ ਉਹਨੂੰ ਇਜਾਜ਼ਤ ਨਹੀਂ ਦੇਣੀ ਸੀ ਉਹਨਾਂ ਨੇ, ਤੇ ਉਹ ਨਾ ਦਿੰਦੇ। ਇਸ ਕਰਕੇ ਮੈਨੂੰ ਲੱਗਦਾ ਵੀ ਹੁਣ ਇਹ ਮਾਮਲਾ ਪਰਮਪਾਲ ਜਾਂ ਭਗਵੰਤ ਮਾਨ ਦੀ ਜਗ੍ਹਾ ਦੇ ਉੱਤੇ ਸੈਂਟਰ ਵਰਸਸ ਸਟੇਟ ਬਣ ਗਿਆ। ਮਤਲਬ ਕਿਉਂਕਿ ਉਹ ਮੈਡਮ ਸਿੱਧੂ ਵੀ ਕਹਿ ਰਹੀ ਹੈਗੀ ਕਿ ਅਸੀਂ ਜਿਹੜਾ ਹੈਗਾ ਮੈਂ ਕੇਂਦਰ ਗ੍ਰਹਿ ਮੰਤਰਾਲੇ ਨੂੰ ਫੋਨ ਕੀਤਾ ਸੀ, ਪਰ ਉਹਨਾਂ ਨੇ ਗ੍ਰਹਿ ਮੰਤਰੀ ਹੁਣ ਬਿਜ਼ੀ ਸੀ ਉਦੋਂ ਤੱਕ ਗੱਲ ਨਹੀਂ ਹੋ ਸਕੀ, ਹੋ ਸਕਦਾ ਅੱਜ ਹੋ ਗਈ ਹੋਵੇ। ਇਹਦੇ ਨਾਲ ਹੀ ਉਹਨਾਂ ਨੇ ਕੁਛ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਕਿ ਮੈਂ ਤਾਂ ਉਹਦੇ ਵਿੱਚ ਲਿਖਿਆ ਸੀ ਜਿਹੜਾ ਮੈਂ ਕਿਹਾ ਵੀ ਹਾਂ ਮੇਰੀ ਮਾਂ ਕਰਕੇ ਮੈਂ ਲਈ ਆ, ਵੀ ਹਾਂ ਮੇਰੇ ਭਰਾ ਉਰੇ ਰਹਿੰਦੇ ਨਹੀਂ ਹੈਗੇ, ਮੈਨੂੰ ਬਠਿੰਡੇ ਹੀ ਰਹਿਣਾ। ਪਰ ਨਾਲ ਇਹਦੇ ਵਿੱਚ ਮੈਂ ਇੱਕ ਸ਼ਬਦ ਹੋਰ ਵੀ ਪਾਇਆ ਹੋਇਆ ਸੀਗਾ ਵੀ ਆਪਣੇ ਕੁਝ ਪਰਸਨਲ ਰੁਝੇਵਿਆਂ ਕਰਕੇ ਜਾਂ ਪਰਸਨਲ ਕੰਮਾਂ ਕਰਕੇ। ਹੁਣ ਪਰਸਨਲ ਕੰਮ ਕੋਈ ਵੀ ਹੋ ਸਕਦਾ, ਚੋਣਾਂ ਲੜਨ ਵਾਲਾ ਵੀ ਹੋ ਸਕਦਾ ਹੁੰਦਾ। ਸੋ ਇਸ ਕਰਕੇ ਇਹਦੇ ਵਿੱਚ ਨਾ ਹੁਣ ਟੈਕਨੀਕਲ ਇੰਨਾ ਪੰਜਾਬ ਸਰਕਾਰ ਸਿੱਧੇ ਤੌਰ ਦੇ ਉੱਤੇ ਜਿਹੜਾ, ਕਿਉਂਕਿ ਇਹ ਇੱਦਾਂ ਦਾ ਪਹਿਲਾਂ ਕਦੇ ਕੇਸ ਨਹੀਂ ਆਇਆ ਆਪਣੇ ਕੋਲ। ਜਿਵੇਂ ਤੁਹਾਨੂੰ ਉਦਾਹਰਣ ਦੇ ਤੌਰ 'ਤੇ ਅੰਮ੍ਰਿਤਸਰ ਤੋਂ ਜਿਹੜੇ ਆਪਣੇ ਆਹ ਪੁਲਿਸ ਦੇ ਅਧਿਕਾਰੀ ਸੀਗੇ ਉਹਨਾਂ ਨੇ ਚੋਣ ਲੜੀ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਤੋਂ ਨਾਲੇ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ, ਕਈ ਸਾਰੇ ਉਹਨਾਂ ਨੂੰ ਉਹ ਨਾ ਕਰ ਸਕਦੇ ਸੀ, ਉਹਨਾਂ ਨੇ ਵੀ ਨਾ ਨਹੀਂ ਕੀਤੀ। ਇੱਦਾਂ ਹੀ ਇੱਕ ਦੋ ਹੋਰ ਕੇਸ ਆਏ ਨੇ, ਉਦੋਂ ਕੋਈ ਦਿੱਕਤ ਆਈ ਨਹੀਂ ਹੈਗੀ। ਹੁਣ ਇਹਦੇ ਵਿੱਚ ਮੋਟੇ ਤੌਰ 'ਤੇ ਹੁੰਦਾ ਕੀ ਹੈ ਕਿ ਅਧਿਕਾਰੀ ਭਾਵੇਂ ਕਿ ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਹੋਇਆ ਵਾ, ਪਰ ਇਹ ਸੈਂਟਰ ਦੇ ਅੰਡਰ ਆ ਜਾਂਦੇ ਨੇ ਸਿੱਧੇ, ਅਤੇ ਸੈਂਟਰ ਦੀਆਂ ਪਾਵਰ ਸ਼ੇਅਰਿੰਗ ਦੇ ਮਾਮਲੇ ਵਿੱਚ ਸੈਂਟਰ ਦਾ ਜਿਹੜਾ ਦਬਾ ਭਾਰੀ ਹੁੰਦਾ ਹੈਗਾ। ਇਸ ਕਰਕੇ ਹੁਣ ਦੇਖਣਾ ਹੋਏਗਾ ਵੀ ਇਹ ਬੜਾ ਪੇਚੀਦਾ ਜਿਹਾ ਮਾਮਲਾ ਹੈਗਾ, ਇਹਨੂੰ ਹੁਣ ਸੈਂਟਰ ਆਪਣੇ ਵੱਲੋਂ ਕੀ ਆਰਗੂਮੈਂਟ ਦਿੰਦਾ ਉਹਦੀ ਉਡੀਕ ਕਰਨੀ ਪਏਗੀ ਆਪਾਂ ਨੂੰ। ਜੀ ਸ਼ਿਵਿੰਦਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਖਬਰਾਂ ਨੂੰ ਤਫਸੀਲ ਦੇ ਨਾਲ ਦੱਸਣ ਲਈ ਜਿਹੜਾ ਉਹ ਕੱਢਦੇ ਹੋ, ਸਮਝਾਉਂਦੇ ਹੋ, ਲੋਕ ਪਸੰਦ ਵੀ ਕਰਦੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਿਵਿੰਦਰ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸੰਦੀਪ ਜੀ, ਮਿਹਰਬਾਨੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।